ਸਾਲ 2017 ਵਿੱਚ ਭਾਰਤ ਵਿੱਚੋਂ ਨੀਟ ਪ੍ਰੀਖਿਆ ਵਿੱਚੋਂ ਟੌਪ ਕਰਨ ਵਾਲੇ ਮੁਕਤਸਰ ਦੇ ਨਵਦੀਪ ਸਿੰਘ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਤੋਂ ਬਾਅਦ ਹੁਣ ਪਰਿਵਾਰ ਉੱਚ ਪੱਧਰੀ ਜਾਂਚ ਦੀ ਮੰਗ ਕਰ ਰਿਹਾ ਹੈ। ਨਵਦੀਪ ਸਿੰਘ ਦੀ 14 ਸਤੰਬਰ ਨੂੰ ਦਿੱਲੀ ਵਿੱਚ ਮੌਤ ਹੋ ਗਈ ਸੀ, ਹਾਲਾਂਕਿ ਪੁਲਿਸ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਦੱਸ ਰਹੀ ਹੈ। ਨਵਦੀਪ ਸਿੰਘ ਆਪਣੀ MBBS ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦਿੱਲੀ ਦੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਵਿੱਚ MD ਦੀ ਪੜ੍ਹਾਈ ਕਰ ਰਹੇ ਸਨ। ਨਵਦੀਪ ਦੀ ਲਾਸ਼ ਉਹਨਾਂ ਦੇ ਕਮਰੇ ਵਿੱਚੋਂ ਮਿਲੀ ਸੀ। ਨਵਦੀਪ ਸਿੰਘ ਦੇ ਪਿਤਾ ਗੋਪਾਲ ਸਿੰਘ ਨੇ BBC ਨੂੰ ਦੱਸਿਆ ਕਿ ਉਹਨਾਂ ਨੂੰ ਯਕੀਨ ਨਹੀਂ ਹੈ ਕਿ ਉਹਨਾਂ ਦੇ ਪੁੱਤ ਨੇ ਖੁਦਕੁਸ਼ੀ ਕੀਤੀ ਹੈ। ਸਵੇਰੇ ਅਤੇ ਸ਼ਾਮੀ ਅਸੀਂ ਦੋ ਵਾਰੀ ਇਹਦੇ ਨਾਲ ਟੈਲੀਫੋਨ 'ਤੇ ਗੱਲ ਕਰਦੇ ਸੀ। ਸ਼ਨੀਵਾਰ ਸਵੇਰੇ 7 ਵਜੇ ਬੜੀ ਬਰੀਫ ਦੇ ਵਿੱਚ ਮੇਰੀ ਇਹਦੇ ਨਾਲ ਗੱਲਬਾਤ ਹੋਈ ਹੈ। ਇੱਕ ਤਰ੍ਹਾਂ ਨਾਲ ਮੈਂ ਇਹਨੂੰ 7 ਵਜੇ ਉਠਾਉਂਦਾ ਸੀ ਸਵੇਰੇ, ਅਤੇ ਨਾਲ ਮਾੜਾ ਜਿਹਾ ਹਾਲ ਚਾਲ ਪੁੱਛ ਲੈਂਦਾ ਸੀਗਾ। ਮੇਨ ਗੱਲਬਾਤ ਸਾਡੀ ਰਾਤੀ 9 ਵਜੇ ਹੁੰਦੀ ਸੀਗੀ। ਸ਼ਨੀਵਾਰ ਨੂੰ ਰਾਤੀ 9 ਵਜੇ ਅਸੀਂ ਫੋਨ ਕਰਦੇ ਰਹੇ ਹਾਂ ਇਹਨੂੰ, ਇਹਨੇ ਸਾਡਾ ਫੋਨ ਨਹੀਂ ਚੱਕਿਆ। ਅਸੀਂ ਸਾਰੀ ਰਾਤ ਹੀ ਫੋਨ ਮਿਲਾਉਂਦੇ ਰਹੇ ਹਾਂ। ਸਵੇਰੇ 5 ਵਜੇ ਅਸੀਂ ਕਿਸੇ ਰਿਸ਼ਤੇਦਾਰ ਦੀ ਮਿੰਨਤ ਕੀਤੀ ਕਿ ਜਿੱਥੇ ਇਹ ਰਹਿ ਰਿਹਾ ਉੱਥੇ ਜਾ ਕੇ ਦੇਖੋ ਕਿ ਸਾਡਾ ਫੋਨ ਕਿਉਂ ਨਹੀਂ ਚੱਕ ਰਿਹਾ। ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਬੱਚਾ ਹੁਣ ਇਸ ਦੁਨੀਆ 'ਤੇ ਨਹੀਂ ਰਿਹਾ। ਠਹਿਰੇ ਹੋਏ ਸੁਭਾਅ ਦਾ ਸੀ, ਦਲੇਰ ਬੱਚਾ ਸੀ, ਕਦੇ ਵੀ ਘਬਰਾਉਂਦਾ ਨਹੀਂ ਸੀ। ਕਿੱਡੀ ਵੀ ਮੁਸੀਬਤ ਆ ਜਾਵੇ ਇਹ ਘਬਰਾਉਂਦਾ ਨਹੀਂ ਸੀਗਾ। ਇਸੇ ਕਰਕੇ ਹੀ ਨੀਟ ਵਰਗਾ ਐਗਜ਼ਾਮ ਇਹ ਇੰਡੀਆ 'ਚੋਂ ਟੌਪ ਕਰ ਗਿਆ, ਕਿਉਂਕਿ ਐਂਡ ਤੱਕ ਇਹਨੇ ਹੌਸਲਾ ਬਣਾਈ ਰੱਖਿਆ। ਦਿੱਲੀ ਦੇ IP ਸਟੇਟ ਥਾਣੇ ਦੇ SHO ਤਰਿੰਦਰ ਸਿੰਘ ਨੇ BBC ਨੂੰ ਦੱਸਿਆ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ ਅਤੇ ਇਸ ਮਾਮਲੇ ਵਿੱਚ FIR ਦਰਜ ਨਹੀਂ ਹੋਈ ਹੈ। ਪੁਲਿਸ ਨੇ ਪੁੱਛਿਆ ਸੀ ਕਿ ਤੁਸੀਂ ਜਾਂਚ ਚਾਹੁੰਦੇ ਹੋ? ਅਸੀਂ ਬਿਲਕੁਲ ਜਾਂਚ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਨਿਰਪੱਖ ਜਾਂਚ ਹੋਵੇ। ਸਾਡੇ ਅਜੇ ਵੀ ਵਿਸ਼ਵਾਸ ਨਹੀਂ ਆਉਂਦਾ ਕਿ ਇੱਕ ਐਡਾ ਦਲੇਰ ਬੱਚਾ ਖੁਦਕੁਸ਼ੀ ਕਰ ਸਕਦਾ ਹੈ। ਹਾਲਾਂਕਿ ਪੁਲਿਸ ਇਹਨੂੰ ਖੁਦਕੁਸ਼ੀ ਦਾ ਕੇਸ ਦੱਸ ਰਹੀ ਹੈ, ਪਰ ਸਾਨੂੰ ਵਿਸ਼ਵਾਸ ਨਹੀਂ ਆ ਰਿਹਾ। ਅਸੀਂ ਉੱਚ ਪੱਧਰੀ ਜਾਂਚ ਜਿਵੇਂ CBI ਦੀ ਜਾਂਚ ਦੀ ਮੰਗ ਕਰਦੇ ਹਾਂ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਗੋਪਾਲ ਸਿੰਘ ਨੇ ਦੱਸਿਆ ਕਿ ਨਵਦੀਪ ਸਿੰਘ ਨਾਲ ਉਹਨਾਂ ਦੀ ਆਖਰੀ ਗੱਲਬਾਤ 14 ਸਤੰਬਰ ਦੀ ਸਵੇਰ ਨੂੰ ਹੋਈ ਸੀ। 2 ਦਿਨ ਪਹਿਲਾਂ ਵੀਰਵਾਰ ਨੂੰ, ਤਰੀਕ ਸ਼ਾਇਦ ਬਣੂਗੀ ਉਸ ਦਿਨ 12 ਤਰੀਕ, ਇਹਨੇ ਕਿਹਾ ਸੀਗਾ ਕਿ ਮੇਰੀਆਂ ਜੈਕਟਾਂ ਹੁਣ ਡਰਾਈ ਕਲੀਨ ਕਰਾ ਰੱਖੋ ਅਤੇ ਅਗਲੇ ਹਫ਼ਤੇ ਮੈਨੂੰ ਕੋਰੀਅਰ ਦੇ ਰਾਹੀਂ ਭੇਜ ਦਿਓ, ਕਿਉਂਕਿ ਹੁਣ ਸਰਦੀ ਸ਼ੁਰੂ ਹੋਣ ਵਾਲੀ ਹੈ। ਮੈਂ ਸ਼ਨੀਵਾਰ ਨੂੰ ਸਵੇਰੇ 10 ਵਜੇ 10 ਜੈਕਟਾਂ ਅਤੇ 1 ਕੰਬਲ ਇੱਥੇ ਨਿਊ ਵੇਵ ਵਾਲੇ ਹੈਗੇ ਡਰਾਈ ਕਲੀਨਸ, ਉਹਨਾਂ ਨੂੰ ਦੇ ਆਇਆ ਸੀਗਾ। ਪਰ ਉਹ ਜੈਕਟਾਂ ਅਤੇ ਕੰਬਲ ਮਿਲਣ ਤੋਂ ਪਹਿਲਾਂ ਹੀ ਸਾਡਾ ਬੱਚਾ ਤਾਂ ਸ਼ਨੀਵਾਰ ਸ਼ਾਮ ਨੂੰ ਹੀ ਇਸ ਦੁਨੀਆ ਤੋਂ ਚਲਾ ਗਿਆ। ਉਹ ਜੈਕਟਾਂ ਅਤੇ ਕੰਬਲ ਤਾਂ ਮੈਂ ਹੁਣ ਲੈ ਆਇਆ, ਪਰ ਜਿਹਨੂੰ ਭੇਜਣੇ ਸੀਗੇ ਉਹ ਹੁਣ ਇਸ ਦੁਨੀਆ 'ਤੇ ਨਹੀਂ ਰਿਹਾ। ਸਾਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ।